दशमेश ट्रेडिंग कंपनी जिहड़ी कि तूड़ी नूं पैकिंग करके कंप्रैस करके उहदी जिहड़ी ट्रांसपोर्टेशन दूजे राज्य नूं करके ते जिहड़े इह वेच रहे ने। सो अज साडे नाल नट गुरमीत सिंह जी चीमा जिहड़े कि मुख खेतीबाड़ी अफसर फाजिलका ने, उह वी साडे नाल ने, क्योंकि जिहड़ी पराली दी सांभ संभाल जिहड़ी आपां करनी आ उहदा जो प्रबंध करना वा अगले सीजन दे विच सारा इह देख रहे ने। सो अज आपां इह मेवा सिंह जी नाल गल करांगे वी इह जो प्रोजैक्ट इहनां लाया वा इहनां नूं किसानां नूं की फायदा हो सकदा ते इहनां नूं की फायदा हो रहा, क्योंकि जेकर अं देखिए तूड़ी जी सारा साल जोड़ा वा इन्होंने डंप की आ तो उदू जी पैकिंग करके कंप्रैस करके तो बेच रहे हैं। नव काम आ इस इलाके में तो होर भी काफ़ी लगे आ पर वधिया एक तरीक एक यतन आ। सो मेवा सिंह जी ता बहुत बहुत जी आयान साढ़े प्रोग्राम के धन्यवाद जी। सो ये पहला एक बार सी कि अपना बारे थोड़ा जहा अपने ਫਰਕ ਪਿਛੋਕੜ ਬਾਰੇ ਜਾਂ ਇਹ ਕੰਮ ਆਪਾਂ ਕਦੋਂ ਸ਼ੁਰੂ ਕੀਤਾ? ਮੈਂ ਮੇਵਾ ਸਿੰਘ ਪਿੰਡ ਬਹਾਵਾਲਾ ਦਾ ਰਹਿਣ ਵਾਲਾ ਹਾਂ ਜੀ। ਇਹ ਕੰਮ ਮੈਂ ਪਿਛਲੇ ਕੋਈ 5-6 ਸਾਲਾਂ ਤੋਂ ਕਰਦਾ ਆ ਰਿਹਾ। ਇਹਨੂੰ ਕਿਉਂ ਲੋੜ ਪਈ ਤੁਹਾਨੂੰ? ਇਹ ਪਹਿਲਾਂ ਰੂਟੀਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੈਂ ਕੰਮ ਕਰਦਾ ਸੀ ਜੀ। ਪਹਿਲਾਂ ਟਰਾਲੀਆਂ ਨਾਲ ਕੰਮ ਵੀ ਕਰਦਾ ਰਿਹਾ, ਮੈਂ ਇਸ ਤਰ੍ਹਾਂ ਦੇ ਕੰਮ ਕਰਦਾ ਰਿਹਾ। ਫਿਰ ਹੌਲੀ 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 ਸਮੇਂ ਦੇ ਹਿਸਾਬ ਨਾਲ ਦੇਖਣ ਦੇ ਨਾਲ ਪਤਾ ਲੱਗਿਆ ਵੀ ਟਰਾਂਸਪੋਰਟ ਦੇ ਰਾਹੀਂ ਜੇ ਕੰਮ ਕਰਾਂਗੇ ਤਾਂ ਘੱਟ ਖਰਚੇ ਨਾਲ ਜਾਊਗਾ ਔਰ ਜਿਹੜਾ ਟ੍ਰੈਫਿਕ ਦੀ ਵੀ ਸਮੱਸਿਆ ਨਹੀਂ ਰਹਿੰਦੀ। ਹਾਂਜੀ, ਉਹਦੀ ਬਾਬਤ ਇਹ ਮਤਲਬ ਵੀ ਕੰਮ ਫਿਰ ਅਸੀਂ ਇਹਨਾਂ ਨੂੰ ਸ਼ੁਰੂ ਕਰਿਆ ਸੀ। ਇਹ ਹੁਣ ਜਿਹੜੀ ਆਪਣਾ ਜਿਹੜੀ ਆਪਾਂ ਕਰਦੇ ਪਏ ਡੇਲੀ ਦਾ ਕਪੈਸਿਟੀ ਕਿੰਨੀ ਆ? ਇਹ ਡੇਲੀ ਦੀ ਕਪੈਸਿਟੀ ਤਾਂ ਇਹਦੀ ਜੀ ਮੰਨ ਲਓ ਸੀ 150 ਤੋਂ 200 ਕੁਇੰਟਲ ਡੇਲੀ ਦਾ ਡੀਜ਼ਲ। ਮਤਲਬ ਕਿ ਤੁਹਾਡੀ ਜਿਹੜੀ ਸਾਲ ਦੀ ਕੰਜਪਸ਼ਨ ਕਿੰਨੀ ਦਿੰਦੇ? ਉਹ ਮਤਲਬ ਸਾਲ ਦੀ ਤਾਂ 25 ਤੋਂ 30 ਹਜ਼ਾਰ ਕੁਇੰਟਲ। ਕਿਸਾਨ ਕੋਲੇ ਫਾਲਤੂ ਹੈ ਉਹ ਸਾਰੀ ਸਾਡੇ ਕੋਲੇ ਇੱਥੇ ਵੇਚ ਦਿੰਦਾ। ਹਾਂਜੀ, ਜਿਹਨਾਂ ਕੋਲੇ ਘਰੇ ਸਟਾਕ ਕਰਨ ਵਾਸਤੇ ਜਗ੍ਹਾ ਹੈ ਉਹ ਹੁਣ ਉਸ ਆਪ ਰੇਟ ਦੇਖ ਕੇ ਅੱਗੇ ਉਹ ਹੁਣ ਵੇਚਦੇ ਆ। ਹੁਣ ਆਪਾਂ ਦੇਖੀਏ ਤਾਂ ਇਹਦਾ ਜਿਹੜਾ ਵਾ ਤੁਹਾਨੂੰ ਦੇਖਦੇ ਹਾਂ ਕਿ ਇਹ ਜਿਹੜੀ ਜਿਹੜੀ ਕੰਪਰੈਸ ਕੀਤੀ ਆ, ਹਾਂਜੀ, ਇਹਦਾ ਫਾਇਦਾ ਕੀ ਆ? ਇਹਦਾ ਫਾਇਦਾ ਤਾਂ ਸਾਨੂੰ ਪਹਿਲੀ ਗੱਲ ਤਾਂ ਇਹ ਆ ਜੀ, ਫਾਇਦਾ ਸਾਨੂੰ ਤਾਂ ਹੋਣਾ ਹੀ ਹੋਣਾ ਹੈ। ਲੇਬਰ ਦੇ 5-7 ਬੰਦਿਆਂ ਨੂੰ ਕੰਮ ਰੁਜ਼ਗਾਰ ਮਿਲਿਆ ਜੀ। ਇੱਕ ਬੰਦਾ ਸਾਡਾ ਇੱਧਰ ਉਹ ਮਤਲਬ ਵੀ ਅੰਦਰ ਬੈਠਦਾ ਉਹਨੂੰ ਵੀ ਰੁਜ਼ਗਾਰ ਮਿਲਿਆ ਤਾਂ ਸਾਡਾ ਵੀ ਸਰਕਲ ਉਹਦੇ ਨਾਲ ਸਾਨੂੰ ਸੌਖਾ ਵੀ ਹੋ ਗਿਆ। ਟ੍ਰਾਂਸਪੋਰਟੇਸ਼ਨ ਕਰਨੀ ਸੌਖੀ? ਹਾਂਜੀ, ਸੌਖੀ ਹੋ ਗਈ ਜੀ। ਹਾਂਜੀ, ਅੱਗੇ ਹੁੰਦਾ ਵੀ ਆਮ ਟਰਾਲੀਆਂ ਨਾਲ ਤੁਸੀਂ ਟ੍ਰਾਂਸਪੋਰਟੇਸ਼ਨ? ਹਾਂਜੀ ਹਾਂਜੀ, ਬਟਾਲੀਆਂ ਦੇ ਵਿੱਚ ਵੱਡੇ ਵੱਡੇ ਟ੍ਰੈਫਿਕ ਦੇ ਵਿੱਚ? ਹਾਂਜੀ, ਟ੍ਰੈਫਿਕ ਦੇ ਵਿੱਚ। ਹਾਂਜੀ, ਹੁਣ ਜਿਹੜੀ ਇਹ ਪ੍ਰੋਬਲਮ ਨਹੀਂ? ਹਾਂਜੀ, ਪਹਿਲਾਂ ਇਹ ਇੰਨਾ ਦੂਰ ਨਹੀਂ ਜਾ ਸਕਦੀ ਸੀ, ਹੁਣ ਤਾਂ ਬਹੁਤ ਲੰਮੀ ਚੌੜਾ ਏਰੀਏ ਦੇ ਹਿਸਾਬ ਨਾਲ ਜਾਂਦੀ ਹੈ। ਰਾਜਸਥਾਨ ਵੀ ਜਾਂਦੀ ਹੈ, ਗੁਜਰਾਤ ਵੀ ਜਾਂਦੀ ਹੈ। ਹਾਂਜੀ, ਇਹਨਾਂ ਪਾਸੇ ਜਿਹੜਾ ਜਿਹੜਾ ਇੱਕ ਸਟਾਕ ਆ ਇਹਦੇ 'ਚ ਇਹਦਾ ਵੇਟ ਬਾਈ ਵੇਟ ਜੇ ਦੇਖਣਾ ਹੋਵੇ ਕਿੰਨਾ ਹੋਇਆ ਰੇਟ? ਇਹਦਾ ਵੇਟ ਤੁਸੀਂ ਮੰਨ ਕੇ ਚੱਲੋ ਜੀ 1.5 ਕੁਇੰਟਲ ਲਗਭਗ ਐਵਰੇਜ ਆ ਜਾਂਦੀ ਹੈ। ਹਾਂਜੀ, ਇਹ ਜਿਹੜੀ ਮਸ਼ੀਨ ਜਿਹੜੀ ਤੁਹਾਡੀ ਕਿੱਦਾਂ ਕੰਮ ਕਰਦੀ ਕਿੱਦਾਂ ਕਰਦੀ ਹੈ? ਹਾਂਜੀ, ਪਹਿਲਾਂ ਜਿੱਦਾਂ ਟਰਾਲੀ ਲਾਤੀ ਉਹਨੇ? ਹਾਂਜੀ, ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਉਹ ਮਤਲਬ ਇਹ ਆਪਣਾ ਕਹਿੰਦਾ ਮਤਲਬ ਜੀ ਪਹਿਲਾਂ ਕਿਸਾਨ ਆਪਣੇ ਇੱਥੇ ਟਰਾਲੀਆਂ ਉਤਾਰ ਜਾਂਦੇ ਹੈ, ਉਹ ਆਪਣੇ ਆਹ ਲੋਡਰ ਹੈ ਪਿੱਛੇ ਖੜਾ ਹੀ ਹੈ ਦਿਖ ਰਿਹਾ ਤੇ ਅੱਛਾ, ਉਹਦੇ ਨਾਲ ਅਸੀਂ ਇਹਨੂੰ ਕਨਵੇਅਰ ਬੈਲਟ ਦੇ ਉੱਤੇ ਪਾਉਂਦੇ ਆ। ਕਨਵੇਅਰ ਬੈਲਟ ਦੇ ਪਾਉਣ ਦੇ ਨਾਲ ਤਾਂ ਅੱਗੇ ਮਸ਼ੀਨ ਦੇ ਵਿੱਚ ਉਹ ਅੱਗੇ ਆ ਜਾਂਦੀ ਹੈ ਮਸ਼ੀਨ ਦੇ ਵਿੱਚ? ਹਾਂਜੀ, ਆਹ ਮਸ਼ੀਨ ਪ੍ਰੈਸ ਕਰਕੇ ਥੱਲੇ ਲੇਵਰ ਵਾਲੇ ਬੰਦੇ ਉਹਨੂੰ ਪੱਤੀ ਲਾ ਕੇ ਪਲਾਸਟਿਕ ਪੱਤੀ ਲੱਗਦੀ ਹੈ, ਹੁਣ ਲੋਕ ਕਰਕੇ ਗੱਠਬਾਰ ਆ ਜਾਂਦੀ। ਹਾਂ, ਸਾਡੀ ਸਮਝਦਾ ਕਿ ਜਿਹੜੀ ਤੁਹਾਡੀ ਜਿਹੜੀ ਪਰਾਲੀ ਝੋਨੇ ਦੀ ਪਰਾਲੀ ਜਿਹੜੀ ਆ, ਹਾਂਜੀ, ਉਹ ਵੀ ਇਸ ਕੰਮ ਆ ਸਕਦੀ ਹੈ? ਹਾਂਜੀ, ਉਹ ਵੀ ਬਿਲਕੁਲ ਆ ਸਕਦੀ ਹੈ। ਅੱਛਾ, ਹਾਂ, ਕਿਉਂ ਨਾ ਉਹਨੂੰ ਆਪਾਂ ਕੁਤਰਾ ਕਰਕੇ? ਹਾਂ, ਉਹਨੂੰ ਕੁਤਰਾ ਕਰਕੇ ਆਪਾਂ ਥੋੜ੍ਹਾ ਜਿਹਾ ਬਰੀਕ ਕੁਤਰੇ ਦੀ ਡਿਮਾਂਡ ਹੈ ਜੀ। ਮੋਟੇ ਮਾਲ ਨੂੰ ਕੋਈ ਖਰੀਦ ਨਹੀਂ ਬਣਦਾ ਗਾ, ਮੋਟਾ ਮਾਲ ਗਾਂ ਅੱਗੇ ਪਹੁੰਚ ਵੀ ਨਹੀਂ ਸਕਦਾ ਗਾ। ਹਾਂ, ਉਹਦਾ ਵਜ਼ਨ ਘੱਟ ਜਾਂਦਾ, ਫਿਰ ਟਰਾਂਸਪੋਰਟ ਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ। ਇਹ ਜਿਹੜੀ ਐਜੇ ਮਤਲਬ ਕਿ ਇਹ ਫਿਊਲ ਯੂਜ਼ ਹੋ ਰਹੀ ਹੈ ਜਾਂ ਫੋਡਰ ਯੂਜ਼ ਹੋ ਰਹੀ ਹੈ? ਸਮਝਿਆ ਨਹੀਂ ਜੀ। ਇਹ ਮਤਲਬ ਕਿ ਇਹ ਬਾਲਣ ਦੇ ਤੌਰ ਤੇ ਵਰਤੀ ਜਾਂਦੀ ਹੈ ਜਾਂ ਮਤਲਬ ਕਿ ਚਾਰੇ ਤੌਰ ਤੇ? ਇਹ ਸਿਰਫ ਚਾਰੇ ਦੇ ਤੌਰ ਤੇ ਤੇ ਆਪਣੇ ਮਸ਼ਰੂਮ ਦੇ ਕੰਮ ਵਾਸਤੇ ਜਾਂਦੀ ਹੈ। ਅੱਛਾ, ਉਹਨਾਂ ਦੇ? ਹਾਂ, ਬਿਲਕੁਲ, ਹਾਂਜੀ, ਖੁੰਬਾ ਬਣਾਉਣ ਦੇ ਕੰਮ ਤੇ? ਹਾਂਜੀ ਹਾਂਜੀ, ਤੇ ਨਾਲ ਜਿਹੜਾ ਵਾ ਪਸ਼ੂਆਂ ਦੇ ਚਾਰੇ? ਪਸ਼ੂਆਂ ਦੇ ਚਾਰੇ ਵਾਸਤੇ, ਕਿਉਂਕਿ ਇੱਧਰ ਤੁਹਾਡੇ ਰਾਜਸਥਾਨ ਦੇ ਵਿੱਚ ਇਹਦੀ ਗੁਜਰਾਤ ਵਿੱਚ? ਹਾਂਜੀ, ਇਹਦੀ ਮਾਚ ਇਹਦੀ ਆਪਣੀ ਤੂੜੀ ਦੀ ਕਿੱਲਤ ਹੀ ਹੈ। ਕਿੱਲਤ ਹੀ ਹੈ। ਸੋ ਸਾਡੇ ਨਾਲ ਡਾਕਟਰ ਚੀਮਾ ਜੀ
जिहड़े कि मुख्य ती बड़े अफसर फाजिलका भी ने, क्योंकि आने वाले सीजन के अं जो वा पराली की सामभ संभाल भी करनी आ, इस वे पूरी दृढ़ता के नाल लगे ने भी आप जीरो बर्निंग करनी है। तो जीरो बर्निंग एक भी जोड़ा वा जोड़ा उपराला वा ये बहुत जोड़ा वा जोड़ा वा ये जोड़ा अपना जोड़ा वा रोल निभा सकता वा जी। जे जी गल ये बड़ा वधिया उपराला तुहाडे अपने जिले से कर रहे हैं, लागे होर भी दो तीन जिहड़े यूनिट लगे आ, तो ये कि समझते भविख वास्ते की फायदेमंद हो सकती है? डॉक्टर साहब, ये भविख के वास्ते बड़ी वधिया मतलब ये स्टैप है इन्हों का जिहड़ा ये काम कर रहे हैं। पहला भी अपनी इन्हां नाल मुलाकात हुई सी, तो जिहड़ा इन्हां दे गलबात दे विचों एक गल उभर के सामने आई है वो ये है कि ये जिस तरह तूड़ी तो प्रेस करके जिहड़ा ये अगे भेज रहे हैं, तो वो इन्होंने दस्या कि वैसे जे खुली लूज तूड़ी भोंग दे विच भर के ले जाने हैं तो ट्रैफिक का चलान हुंदा है, होर हुंदा है, ट्रैफिक दे विच रस्ता नहीं मिलता, उन्नी कपैसिटी दे विच उन्नी मात्रा दे विच ये तूड़ी जा नहीं सकती, ले जानी औखी है। तो जिहड़ा इन्हां दा उपराला है कि मतलब कंप्रैस करके डेढ़ क्विंटल नूं सिर्फ इन्नी क जगह दे विच प्रेस करके चार दो मतलब चार बाई दो दे डेढ़ दी गठ बना के जिहड़ा जे आपां नूं खुली रखिए तो वह पंज दस पंडा बनदियां ने, वह पंड तो एक पंड दे बराबर ये दस गुणा प्रेस करके ये जिहड़ी चीज़ ये बना रहे ने बड़ी वधिया है। और इन्होंने गलबात दस्या भी असी पंजाब तो इलावा जयपुर गुजरात राजस्थान दे विच असी जिथे इहनूं लोक फॉर्डर के तौर पर तो फॉर्डर के नाल नाल जिहड़े कमर्शियल लोग ने जिहड़े खुंभां की खेती करते हैं, खुंभां की खेती के भी जिहड़ा बेस है खुंभां की खेती वास्ते बेस वास्ते जिहड़ी तूड़ी जिहड़ी वरती जाती है। तो जिवें इन्होंने दस्या है भी जे सस नूं कोई इहो जिहा इंस्ट्रूमेंट मिल जाए जिहड़ा पराली का कुतरा कर दे तूड़ी वांगू, तो जे उहदियां गठां असीं बनाईए तो उहदी जिहड़ी मंग है इन्हां दे मुताबक भी जे सानूं इन्हां दी किसे नाल गल होई है किसी परचेजर नाल, वह कहिंदा कि जे तुसीं पराली नूं कुतर के उहदियां गठां तूड़ी वांगू सानूं बना के दिओ तां जिन्ना मर्जी माल सानूं दे दिओ असीं खरीदण नूं तैयार हां। तां उहदे तहत असीं यूनिवर्सिटी नाल गल कीती है तो यूनिवर्सिटी को एक पुरजा हैगा श्रैडर जिहड़ा पराली की गठ उहदे उपर रख दी जाती है तो वह कुतरा करके वैसे तो मलचिंग वास्ते बागां दे विच वरती जाती है, पर उसी उन्होंने यूनिवर्सिटी नाल गल हुई है भी जे उस पुरजे नूं मोडीफाई किया जाए मोडीफाई करके पराली दी गठां इन्हां कोले आ जांदियां ते गठां दी ऐ सच उन्नी मंग नहीं जिन्नी कुतरे वाली पराली दी मंग हैगी है, तो वह गठां दा पहला कुतरा करके तूड़ी वांगू कुतरे तो गां अगे जे उहदियां गठां बना के वेचणगे तो इन्हां दी डिमांड बहुत है, तो असीं इन्हां दे नाल पूरा खड़े हैं, इन्हां नाल सहयोग देवांगे, इन्हां नूं वी असीं दस्सांगे जां असीं इन्हां दे नाल यूनिवर्सिटी दे विच जा के वह जिहड़ी मशीन उहने तैयार कीती है उहनूं थोड़ा बहुत मोडीफाई करके वह असीं अजिहे यूनिटां दे विच लगा के पराली की जी वो जी वरतों है सुचजे ढंग करके असी जी बर्निंग तो लोगों को रोक सकते हैं तो लोगों को रोज़गार दे सकते इस तरह के यूनिट लग जा, क्योंकि पराली की जो कंजप्शन हैगी ही गठा बननगिया बिल्कुल गठा बनाने वाले तो बहुत मिल जाएंगे पर कंजप्शन नहीं। जिमें यह दस रहा भी पराली तूड़ी तो मुल लेंगे ने 630 रुपये मुल लै के 930 रुपये ये वेच रहे हैं, तो बिचों इन्हों का खर्चा भी है कोई 50-60 रुपये 100 रुपये क्विंटल इन्हों बचता है, तो जी प्री पराली है वह तो किसान फ्री ऑफ कॉस्ट भी इन्हों खेत चुकाने को तैयार है, तो चलो कुछ गठा का जे आपके गठा का कोई 1,000-1,500 रुपया पर एकड़ इन्हों का खर्च भी आता है तो जी सिर्फ गठा की बनवाई का ही खर्चा बनूगा, जो रॉ मटीरियल है जी तूड़ी मुल लेंगे है वो पराली का जो किसान मुफ्त देने तैयार है, इस करके इन्हों का भी बड़ा फायदा है, तो साड़ी पराली की भी जी सुचजे ढंग जी आप वरतों करके स्टबल बर्न होने तो जो बचा सकते हैं तो जीरो बर्निंग वाले पास आ सकते वीरो जरा पराला इस पक्षों भी वधिया वा क्योंकि जी आप बेलिंग करके सारी बेच दें हमारी जी मिट्टी की जी सेहत जी वो बुरा प्रभाव पैदा वा, इस नाल की होगा कि जो आप चारे तौर पर फार्मर देंगे या किसी डेयरी फार्मर देंगे वो रूढ़ी तौर पर फिर जो वापस जोड़ा वो साढ़े खेतों में आऊगा वोदी जमीन की सेहत भी बनी रहेगी तो साडा जोड़ा वा जो मस पराली का मसला जोड़ा वो भी हल हो जाएगा। सो इस करके ये उपराला मेरे ख्याल है क्योंकि साडा चीफ साहब भी नाल ने उन्होंने भी यही विचार है कि जेकर ये उपराला जोड़ा वा साडा कामयाब रहा वा कामयाब तो है ही आ पर इनू होर उत्साहित करने की लड़ है तो अं बड़ा वीडियो कामयाब हो सकते हैं कि अपनी जी पराली झोने की पराली जी उन्होंने आप सड़न तो जोड़ा वा वो आप रोक सकते हैं, तो नाल नाले पुन नाले फलियाँ तो उद एक एक जोड़ा वा किसान सीधा भी जोड़ा वा आम करके जोड़ा वा क्योंकि अं इनू बोझ समझते हैं बोझ नहीं रहेगा कि साडा कमाई का साधन बन जूगा। सिंह का भी धन्यवाद, चीफ साहब का भी धन्यवाद, सो सत श्रीकाल सारे।